श्रीगंगानगर के अनूपगढ़ में उपखंड प्रशासन की व्यवस्थाओं की पोल खुल रही है। गुरुद्वारा सिंह साहबा में भोजन तैयार कर रहे प्रशासन की अनुमति से मजदूरों तक पहुंचाया जा रहा है। गुरुद्वारा साहिब के सेवादार हरबंश सिंह ने इस दौरान बताया कि जब वो भोजन देने जाते हैं तो सुरक्षाकर्मी उन्हें डांटते हैं। समस्या से कई बार प्रशासन को अवगत भी कराया, लेकिन प्रशासन की ओर से अभी तक कोई उचित व्यवस्था नहीं की गई। गुरुद्वारे से और कल पता नहीं खाना हम लोग का आया नहीं और हम लोग भूखे सोना पड़ा। कल बड़ बढ़िया खाना आता था गुरुद्वारे से, दाल चावल सब्जी सब आता था और कल शाम को नहीं मिला हम लोग को। गुरुद्वारा सिंह सभा के अंदर जो है ये लंगर बनाया जा रहा है, आइए हम इनसे जानते हैं। बाबा जी, ये लंगर किसके लिए बनाया जा रहा है? ए जी, जड़े फंसे हुए हैं ना, यात्रु फंसे हुए हैं, जड़े बाहरों आए हुए आ उन्होंने लंगर बन रहा है जी। ਇਹ ਕਈ ਦਿਨਾਂ ਤੋਂ ਚੱਲ ਰਿਹਾ, ਦੋਨੇ ਟਾਈਮ ਅਸੀਂ ਲੰਗਰ ਬਣਾ ਕੇ ਤਿਆਰ ਕਰਕੇ ਉੱਥੇ ਉਹਨਾਂ ਨੂੰ ਪਹੁੰਚਾਉਂਦੇ ਹੁੰਦੇ ਹਾਂ ਜੀ। ਹਾਂਜੀ, ਇਸ ਵਿੱਚ ਆਪਕੋ ਸਮੱਸਿਆ ਵੀ ਆ ਰਹੀ ਹੈ ਬਤਾਈ ਥੀ ਆਪਨੇ ਸਮੱਸਿਆ? ਹਾਂਜੀ, ਦੋ ਤਿੰਨ ਦਿਨ ਹੋ ਗਏ ਜੀ ਸਮੱਸਿਆ ਆ ਰਹੀ ਹੈ। ਕੁਛ ਤਾਂ ਅਸੀਂ ਦਿਨੇ ਤਾਂ ਕੋਈ ਗੱਲ ਨਹੀਂ ਗੀ, ਅਸੀਂ ਚਲੇ ਚੁਲੇ ਜਾਂਦੇ ਹਾਂ। ਰਾਤ ਨੂੰ ਮੈਂ ਜਾਂਦਾ ਹੁੰਦਾ ਜੀ ਆ ਮੇਨ ਸੜਕ 'ਤੇ ਜਾ ਕੇ, ਜਦੋਂ ਬੱਸ ਸਟੈਂਡ ਆ ਰੋਡਵੇਜ ਵਾਲਾ, ਉੱਥੇ ਕੋਈ ਨਾਕਾ ਲੱਗਿਆ ਹੋਇਆ ਜੀ, ਉੱਥੋਂ ਥੋੜ੍ਹੀ ਦੂਰ 'ਤੇ ਬ੍ਰਹਮ ਧਰਮਸ਼ਾਲਾ, ਉੱਥੇ ਮੈਂ ਉਹ ਲੰਗਰ ਦੇ ਕੇ ਆਉਣਾ। 7-8 ਬੰਦੇ ਉੱਥੇ ਫਸੇ ਹੋਏ ਆ, ਚਲੋ ਇੱਧਰ ਉੱਧਰ ਜਾ ਜੂ ਕੇ ਮੈਂ ਉਹਨਾਂ ਨੂੰ ਦੇ ਕੇ ਆਉਣਾ। ਉਹਨਾਂ ਰਾਤ ਮੈਂ ਇਕੱਲਾ ਹੀ ਸੀਗਾ ਅਤੇ ਲੰਗਰ ਮੇਰੇ ਕੋਲ ਸੀ ਅਤੇ ਉਹਦੇ ਚੌਂਕ 'ਤੇ ਬੈਠੇ ਹੋਏ 3 ਜਣੇ ਅਤੇ ਹੌਲਦਾਰ ਸੀਗਾ। ਉਹਨਾਂ ਨੂੰ ਮੈਂ ਆਖਿਆ, ਮੈਂ ਕਿਹਾ ਯਾਰ ਆਹ ਲੰਗਰ ਆ, ਆਹ ਮੈਂ ਦੇ ਕੇ ਆਉਣਾ। ਕਹਿੰਦਾ ਨਹੀਂ ਵੀ, ਰਹਿਣ ਦੇ ਤੂੰ, ਆਪਾਂ ਚਲਾ ਜਾ। ਮੈਂ ਕਿਹਾ ਯਾਰ ਲੰਗਰ ਇਹ ਇੱਥੇ ਪਿਆ ਮੇਰੇ ਕੋਲ ਬਣਿਆ ਹੋਇਆ, ਉਹ ਭੁੱਖੇ ਬੈਠੇ ਆ, ਉਹਨਾਂ ਨੂੰ ਮੈਂ ਦੇ ਆਵਾਂ। ਕਹਿੰਦਾ ਨਹੀਂ 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 ਕੋਈ ਲੋੜ ਨਹੀਂ ਗੀ, ਇਹ ਤੂੰ ਵਾਪਸ ਚਲਾ ਜਾ। ਚਲੋ ਮੈਂ ਕਿਹਾ ਐਂ ਕਰ ਲਓ, ਆਹ ਲੰਗਰ ਪਿਆ ਇੱਥੇ ਮੈਂ ਰੱਖ ਦਿੰਦਾ, ਤੁਸੀਂ ਜਾ ਕੇ ਦੇ ਆਓ, ਨੇੜੇ ਹੀ ਆ ਬ੍ਰਹਮ ਧਰਮਸ਼ਾਲਾ, ਕੋਈ ਬੱਸ ਸਟੈਂਡ ਤੋਂ ਜ਼ਿਆਦਾ ਦੂਰ ਨਹੀਂ ਗਾ, ਨੇੜੇ ਹੀ ਆ। ਮੈਂ ਕਿਹਾ ਚਲੋ ਤੁਸੀਂ ਜਾ ਕੇ ਦੇ ਆਓ। ਅਜੇ ਕਿਤੇ ਗੋਲੇ ਨਹੀਂ ਲੱਗੇ ਹੋਏ, ਕਹਿੰਦਾ ਜੀ ਆਪੇ ਆਣਗੇ ਉੱਥੇ ਖਾ ਲੈਣਗੇ। ਮੈਂ ਕਿਹਾ ਯਾਰ ਅਸੀਂ ਵੀ ਸੇਵਾ ਕਰਦੇ ਹਾਂ, ਅਸੀਂ ਕੋਈ ਕੋਈ ਮੁੱਲ ਥੋੜ੍ਹੀ ਵੇਚਦੇ ਉਹਨਾਂ ਨੂੰ। ਕਹਿੰਦਾ ਤੁਹਾਨੂੰ ਕਿਹਨੇ ਕਿਹਾ ਸੇਵਾ ਕਰਨ ਦਾ, ਤੁਸੀਂ ਕਿਉਂ ਕਰਦੇ ਹੋ ਸੇਵਾ ਭਾਈ, ਘਰ ਬੈਠੋ ਆਪਦੇ ਆਰਾਮ ਨਾਲ। ਮੈਂ ਕਿਹਾ ਯਾਰ ਭੁੱਖੇ ਬੈਠੇ ਆ। ਕਹਿੰਦਾ ਨਹੀਂ ਕੋਈ ਲੋੜ ਨਹੀਂ ਗੀ, ਚਲਾ ਜਾਓ। ਹੁਣ ਉਹ ਰਾਤ ਦੇ ਬੰਦੇ ਭੁੱਖੇ ਬੈਠੇ ਆ ਅਤੇ ਅਸੀਂ ਹੁਣ ਆਹ ਲੰਗਰ ਤਿਆਰ ਕਰਕੇ, ਤਾਜ਼ਾ ਤਿਆਰ ਕਰਕੇ ਅਸੀਂ ਉਹਨਾਂ ਨੂੰ ਦੇ ਕੇ ਆਵਾਂਗੇ। ਬਣਾ ਬਣਾਇਆ ਖਾਣਾ ਉਹ ਵਾਪਿਸ ਮੋੜ ਦੀ? ਹਾਂ, ਇੱਥੇ ਪਿਆ ਸਾਡੇ ਕੋਲ ਪਿਆ, ਦਾਲ ਪਈ ਆ, ਕੜੀ ਬਣਾਈ ਸੀਗੀ, ਸੁੱਕੀ ਸਬਜ਼ੀ ਬਣਾਈ ਹੋਈ ਆ, ਪ੍ਰਸ਼ਾਦੇ ਪਏ ਆ, ਉਹ ਐਵੇਂ ਪਏ ਆ ਅਤੇ ਉਹ ਵਿਚਾਰੇ ਭੁੱਖੇ ਬੈਠੇ ਆ ਉੱਥੇ। ਪਰ ਇਹ ਦਾਅਵੇ ਕਰ ਰਹੀ ਹੈ ਕਿ ਕੋਈ ਵੀ ਭੁੱਖਾ ਜੋ ਸੋਨੇ ਨਹੀਂ ਪਾਏਗਾ, ਲੋਕਲ ਪ੍ਰਸ਼ਾਸਨ ਵੀ ਜੋ ਹੈ ਇਹ ਦਾਅਵੇ ਕਰ ਰਿਹਾ ਵੀ ਕੋਈ ਵੀ ਜੋ ਭੁੱਖਾ ਉਸ ਕੋ ਸੋਨੇ ਨਹੀਂ ਦਿਆ ਜਾਏਗਾ। ਅਨੂਪਗੜ੍ਹ ਸਿੰਘ ਸਭਾ ਕੇ ਗੁਰਦੁਆਰੇ ਕੇ ਅੰਦਰ ਜੋ ਭੁੱਖਾਓਂ ਤੱਕ ਭੋਜਨ ਪਹੁੰਚਾਨੇ ਕੇ ਲੀਏ ਜੋ ਹੈ ਇਹ ਭੋਜਨ ਤਿਆਰ ਕੀਆ ਜਾ ਰਿਹਾ, ਜੋ ਹਕੀਕਤ ਹੈ ਉਹ ਅਲੱਗ ਹੀ ਨਿਕਲ ਕੇ ਆਈ ਹੈ ਕਿ ਪ੍ਰਸ਼ਾਸਨ ਭੁੱਖੋਂ ਤੱਕ ਜੋ ਰਾਹਤ ਪਹੁੰਚਾਨੇ ਕਾ ਜਾਂ ਭੋਜਨ ਕੇ ਪੈਕਟ ਪਹੁੰਚਾਨੇ ਕਾ ਕੰਮ ਨਹੀਂ ਕਰ ਰਿਹਾ, ਲੇਕਿਨ ਜੋ ਲੋਕ ਜੋ ਭੁੱਖੋਂ ਤੱਕ ਭੋਜਨ ਪਹੁੰਚਾ ਰਹੇ ਹੈ ਉਨਕੋ ਵੀ ਜੋ ਵਾਪਿਸ ਮੋੜਾ ਜਾ ਤਾਂ ਉਨਮੇ ਵੀ ਜੋ ਰੁਕਾਵਟ ਜੋ ਵਾਧਾ ਉਤਪੰਨ ਕੀ ਜਾ ਰਹੀ ਹੈ। ਕੈਮਰਾਮੈਨ ਰਵਦੀਪ ਕੇ ਸਾਥ ਮਲਕੀਤ ਸਿੰਘ, A1 TV।